ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਆਲੂ ਦੀ ਫਸਲ ਦੀ ਕਾਸ਼ਤ ਦੇ ਵਿੱਚ ਆਲੂ ਦੀਆਂ ਕਿਸਮਾਂ ਬੀਜ ਦੀ ਮਾਤਰਾ ਬਜਾਈ ਦਾ ਸਮਾਂ ਬੀਜ ਦੀ ਸੋਧ ਤੇ ਖਾਦਾਂ ਮਤਲਬ ਬਜਾਈ ਕੰਪਲੀਟ ਹੋਣ ਤੱਕ ਤੇ ਮਿੱਟੀ ਚੜਾਉਣ ਵੇਲੇ ਕਿਹੜੀਆਂ-ਕਿਹੜੀਆਂ ਖਾਦਾਂ ਪਾਉਣੀਆਂ ਵੱਧ ਝਾੜ ਲੈਣ ਲਈ ਸੋ ਜਿਹੜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰ ਬਟਨ ਦਾ ਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਜ਼ਰੂਰ ਸ਼ੇਅਰ ਕਰਦਿਆ ਕਰੋ ਸੋ ਆਲੂ ਦੀ ਜੇ ਅੱਪ ਗੱਲ ਕਰੀਏ ਕਿਸਾਨ ਵੀਰੋ ਆਲੂ ਦੀ ਕਾਸ਼ਤ ਦਾ ਢੁਕਮਾ ਸਮਾਂ ਹੁੰਦਾ ਹੈ ਅਖੀਰ ਸਤੰਬਰ ਤੋਂ 1 ਅਕਤੂਬਰ ਤੱਕ ਜਿਹੜਾ ਸਹੀ ਸਮਾਂ ਹੈ ਪੱਤਚਾਰ ਰੋਡ ਰੋਤ ਦੇ ਜਿਹੜੇ ਆਲੂ ਦੀ ਕਾਸ਼ਤ ਵਾਸਤੇ ਸੋ ਇਹਦੇ ਵਾਸਤੇ ਜ਼ਮੀਨ ਕਲਰ ਰੇਤ ਮੈਰਾ ਜਾਂ ਰੇਤਲੀ ਮੈਰਾ ਜ਼ਮੀਨ ਸਭ ਤੋਂ ਬੈਸਟ ਗਿਣੀ ਜਾਂਦੀ ਆ ਆਲੂਆਂ ਵਾਸਤੇ 5.5 ਤੋਂ 8 ਪੀਐਚ ਜਿਹੜੀ ਜ਼ਮੀਨ ਦੀ ਹੁੰਦੀ ਹੈ ਸਭ ਤੋਂ ਵਧੀਆ ਆਲੂਆਂ ਦੀ ਕਾਸ਼ਤ ਵਾਸਤੇ ਸਹੀ ਹੈ ਅਗੇਤੀਆਂ ਕਿਸਮਾਂ ਦੇ ਵਿੱਚ ਕੁਫਰੀ ਸੂਰੀਆ ਕੁਫਰੀ ਚੰਦਰਮੂਹੀ ਕੁਫਰੀ ਅਸ਼ੋਕਾ ਕੁਫਰੀ ਪੁਖਰਾਜ ਤੇ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਚ ਕੁਫਰੀ ਪੁਸ਼ਕਰ ਕੁਫਰੀ ਜੋਤੀ ਕੁਫਰੀ ਬਹਾਰ ਤੇ ਪਛੇਤੀਆਂ ਕਿਸਮਾਂ 'ਚ ਕੁਫਰੀ ਸੰਦੂਰੀ ਤੇ ਕੁਫਰੀ ਬਾਦਸ਼ਾਹ ਕਿਸਮਾਂ ਆਉਂਦੀਆਂ ਨੇ ਮੁੱਖ ਤੌਰ ਤੇ ਪ੍ਰੋਸੈਸਿੰਗ ਦੇ ਵਿੱਚ ਜਿਹੜੀਆਂ ਪ੍ਰੋਸੈਸਿੰਗ ਵਾਸਤੇ ਕੁਫਰੀ ਚਿਪਸੋਨਾ 1 ਤੇ ਚਿਪਸੋਨਾ 3 ਤੇ ਕੁਫਰੀ ਫਰਾਈਸੋਨਾ ਇਹ ਵੈਰੈਟੀਆਂ ਬੈਸਟ ਨੇ ਪ੍ਰੋਸੈਸਿੰਗ ਵਾਸਤੇ ਭਰੋਸੇਯੋਗ ਵਸੀਲਿਆਂ ਤੋਂ ਹੀ ਬੀਜ ਲਓ ਜੇ ਤੁਸੀਂ ਆਪ ਦਾ ਬੀਜ ਪੈਦਾ ਕਰਦੇ ਆ ਤਾਂ 3-4 ਸਾਲ ਇੱਕ ਬੀ ਵਰਤਣ ਤੋਂ ਬਾਅਦ ਬੀਜ ਜਿਹੜਾ ਹੈਗਾ ਬੀਜ ਦਾ ਸੋਰਸ ਬਦਲ ਦਿਓ ਜੇ ਲਗਾਤਾਰ ਆਪਣਾ ਬੀਜ ਆਪਾਂ ਵਰਤੀ ਜਾਵਾਂਗੇ ਉਹਦੇ ਨਾਲ ਪੈਦਾਵਾਰ ਕੋਈ ਸਾਲਾਂ ਬਾਅਦ ਘਟ ਸਕਦੀ ਹੈ ਰੂੜੀ ਹੈ ਜਿਹੜੀ ਕਿਸਾਨ ਵੀਰੋ ਸਭ ਤੋਂ ਬੈਸਟ ਆ ਆਲੂਆਂ ਦੀ ਫਸਲ ਵਾਸਤੇ ਜਿੰਨੀ ਰੂੜੀ ਆਪਾਂ ਪਾਵਾਂਗੇ ਉਹਨਾਂ ਵੱਧ ਝਾੜ ਹੋਊਗਾ ਰੂੜੀ ਤੇ ਪਰਾਲੀ ਹੈ ਜਿਹੜੀ ਫਸਲਾਂ ਦੀ ਰਹਿਤ ਖੁਦ ਖਾਸ ਤੌਰ ਤੇ ਝੋਨੇ ਦੀ ਪਰਾਲੀ ਆਪਾਂ ਨੂੰ ਖੇਤ ਦੇ ਵਿੱਚ ਬੋਣੀ ਚਾਹੀਦੀ ਆ ਤੇ ਰੂੜੀ ਦੀ ਖਾਦ 20 ਟਨ ਤੱਕ ਮਤਲਬ 6 ਟਰਾਲੀਆਂ ਕਟੋ-ਕਟ ਸੁੱਕੀ ਚੰਗੀ ਗਲੀ ਸੜੀ ਰੂੜੀ ਨਾਰਮਲ ਜਿਹੀ ਟਰਾਲੀ ਹੁੰਦੀ ਆ ਤਾਂ 5-6 ਟਰਾਲੀਆਂ ਆਪਾਂ ਖੇਤ ਦੇ ਵਿੱਚ ਪਾਈਏ ਤਾਂ ਆਲੂਆਂ ਦੀ ਵਧੀਆ ਪੈਰਾਵਾਰ ਲੈ ਸਕਦੇ ਹਾਂ ਕਿਉਂਕਿ ਕੈਮੀਕਲ ਜਿਹੜੇ ਫਰਟੀਲਾਈਜ਼ਰ ਆ ਰਸਾਇਣਿਕ ਖਾਦਾਂ ਆਪਾਂ ਰੂੜੀ ਦੇ ਬਦਲ ਵਜੋਂ ਨਹੀਂ ਵਰਤ ਸਕਦੇ ਜਿੱਥੇ ਆਪਾਂ ਰੂੜੀ ਨਹੀਂ ਪਾਉਂਦੇ ਫਿਰ ਆਪਾਂ ਕੈਮੀਕਲ ਖਾਦਾਂ ਖਾਸ ਤੌਰ ਤੇ ਨਾਈਟ੍ਰੋਜਨ ਲਈ ਯੂਰੀਆ ਵਧਾਉਨੇ ਆ ਪੋਟਾਸ਼ ਵਧਾਉਨੇ ਆ ਡੀਏਪੀ ਵਧਾਉਨੇ ਆ ਜਿਹਦੇ ਨਾਲ ਕਿ ਕੁਆਲਿਟੀ ਵੀ ਖਰਾਬ ਹੁੰਦੀ ਆ ਤੇ ਮਗਰੋਂ ਆ ਕੇ ਬਿਮਾਰੀਆਂ ਦੀ ਸਮੱਸਿਆ ਵੀ ਆਉਂਦੀ ਆ ਜਿਹਦੇ ਕਰਕੇ ਆਪਾਂ ਨੂੰ ਸ ਸੋ ਰੂੜੀ ਜਰੂਰ ਪਾਓ ਜ਼ਮੀਨ ਦੀ ਕਸਮ ਦੇ ਅਨਸਾਰ ਜ਼ਮੀਨ ਤਿਆਰ ਕਰੋ ਜਿਹੜੀ ਤੁਸੀਂ ਝੋਨਾ ਵੜਨ ਤੋਂ ਬਾਅਦ ਖਾਸ ਤੌਰ ਤੇ ਕਿਸਾਨ ਵੀਰ ਘੱਟ ਸਮੇਂ ਵਾਲੀਆਂ ਕਿਸਮਾਂ ਲਾਉਂਦੇ ਉਹ ਚਲਟਾਵਾਂ ਹਲ ਵਰਤ ਸਕਦੇ ਆ ਰੋਟਾਵੇਟਰ ਵਰਤ ਸਕਦੇ ਆ ਨਾਰਮਲ ਜਿਹੜੀ ਰੇਤਲੀ ਜ਼ਮੀਨ ਉਹ ਚ ਤਵੀਆਂ ਨਾਲ ਵੀ ਜਿਹੜਾ ਕੰਮ ਚੱਲ ਜਾਂਦਾ ਜਿੱਥੇ ਕਿਸਾਨ ਵੀਰ ਖਾਸ ਤੌਰ ਤੇ ਜਿਹੜੇ ਹੈਗੇ ਆ ਝੋਨੇ ਦੀ ਜਿਹੜੀ ਫਸਲ ਨਹੀਂ ਲਾਉਂਦੇ ਤੇ ਖਰੀਨ ਰੋਗ ਦੀ ਰੋਕਥਾਮ ਵਾਸਤੇ ਮੌਨਸਰਨ 2.5 ਐਮਐਲ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਤੁਸੀਂ ਜਿਹੜੀ ਬੀਜ ਦੀ ਸ੍ਰੋਧ ਜਰੂਰ ਕਰੋ 10-12 ਮਿੰਟ 15 ਮਿੰਟ ਤੱਕ ਆਲੂਆਂ ਦਾ ਬੀਜ ਤੁਸੀਂ ਜਿਹੜਾ ਸਟੋਰ ਤੋਂ ਕੱਢਣ ਤੋਂ ਬਾਅਦ ਜਿਹੜਾ ਮੌਨਸਰਨ 2.5 ਐਮਐਲ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਤੁਸੀਂ ਸੋਧ ਰੋਏ ਤਾਂ ਖਰੀਨ ਰੋਗ ਦੀ ਰੋਕਥਾਮ 'ਚ ਕਾਫੀ ਮਦਦ ਮਿਲੂਗੀ ਜਦੋਂ ਤੁਸੀਂ ਜਿਹੜਾ ਹੈਗਾ ਸਰਦਖਾਨਿਆਂ ਚੋਂ ਬੀਜ ਵਾਸਤੇ ਆਲੂ ਕੱਢਣਾ ਬਾਹਰ ਤਾਂ ਉਹਨੂੰ ਪੱਖੇ ਦੀ ਹਵਾ ਨਾਲ ਜ਼ਰੂਰ ਸ਼ੈੱਡ ਥੱਲੇ ਰੱਖ ਕੇ ਤੇ ਪੱਖੇ ਦੀ ਹਵਾ ਲਵਾਓ ਉਹਨੂੰ ਸੁਕਾਓ 8-10 ਦਿਨ ਇਹਨਾਂ ਨੂੰ ਸ਼ੈੱਡ ਥੱਲੇ ਪਿਆ ਰਹਿਣ ਦੋ ਜਿਹਦੇ ਨਾਲ ਜਿਹੜਾ ਹੈਗਾ ਉਹਦਾ ਫਟਾਰਾ ਸ਼ੁਰੂ ਹੋ ਜਾਊਗਾ ਉਹ ਫੋਟਾਂ ਕਰਨ ਲੱਗ ਪੂਗਾ ਤੇ ਫਟਾਰਾ ਜਿਹੜੀ ਹੈਗੀ ਫੋਟ ਆ ਉਹ ਵੀ ਨਰੋਈ ਹੋਊਗੀ ਤੇ ਵਧੀਆ ਜਿਹੜਾ ਹੈਗਾ ਆਲੂ ਉੱਗੂਗਾ ਪੰਗਰੂਗਾ ਤੇ ਇਤੋਂ ਬਾਅਦ ਜੇ ਆਪਾਂ ਗੱਲ ਕਰੀਏ ਬੀਜ 40 ਤੋਂ 50 ਗ੍ਰਾਮ ਭਾਰ ਦਾ ਨੋਰਮਲ ਆਲੂ ਆਪਾਂ ਨੂੰ ਬੀਜ ਵਾਸਤੇ ਚਾਹੀਦਾ ਹੈ 13 ਤੋਂ 18 ਕੁਇੰਟਲ ਤੱਕ ਜਿਹੜਾ ਬੀਜ ਤੁਸੀਂ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਤੇ ਜੇ ਆਪਾਂ ਰੂੜੀ ਦੇ ਇਲਾਵਾ ਜਿੱਥੇ ਰੂੜੀ ਪਾਉਣੀ ਹੈ ਪਲੱਸ ਜਿਹੜੀਆਂ ਖਾਦਾਂ ਪਾਉਣੀਆਂ ਨੇ ਉਹਦੇ ਵਿੱਚ ਆਪਾਂ 75 ਕਿਲੋ ਨਾਈਟ੍ਰੋਜਨ ਜਿਹੜੀ ਕਿ 165 ਕਿਲੋ ਯੂਰੀਆ ਦੋ ਕਸ਼ਤਾਂ 'ਚ ਪਾਉਣੀ ਹੈ ਅੱਧੀ ਯੂਰੀਆ ਆਪਾਂ ਪਾਉਣੀ ਹੈ ਬਜਾਈ ਸਮੇਂ ਤੇ ਅੱਧੀ ਪਾਉਣੀ ਹੈ ਜਿਹੜੀ ਮਿੱਟੀ ਚੜਾਉਣ ਸਮੇਂ ਵਟਾਂ ਤੇ ਮਿੱਟੀ ਚੜਾਉਣ ਸਮੇਂ ਤੇ ਡੇਡ ਕੁਆਂਟਲ ਸਿੰਗਲ ਸੁਪਰ ਫਾਸਫੇਟ ਵਰਤਣੀ ਹੈ ਡੀਏਪ ਨਹੀਂ ਵਰਤਣੀ ਕਿਉਂਕਿ ਸੁਪਰ ਤੋਂ ਕੈਲਸ਼ੀਅਮ ਤੇ ਸਲਫਰ ਮਿਲੂਗਾ ਜਿਹੜਾ ਕਿ ਸੋਇਲ ਕੰਡੀਸ਼ਨਿੰਗ ਕਰਦਾ ਤੇ ਆਲੂ ਦੀ ਫਸਲ ਵਾਸਤੇ ਜ਼ਰੂਰੀ ਵੀ ਹੈ ਤਿੰਨ ਗੱਟੇ ਆਪਾਂ ਸਿੰਗਲ ਸੁਪਰ ਫਾਸਫੇਟ ਦੇ ਪਾਉਣੇ ਆ ਬਜਾਈ ਸਮੇ ਤੇ ਇੱਕ ਗੱਟਾ ਪੋਟਾਸ਼ ਦਾ ਆਪਾਂ 40 ਕਿਲੋ ਜਿਹੜੀ ਪੋਟਾਸ਼ ਚਾਹੀਦੀ ਹੈ 40 ਤੋਂ 50 ਕਿਲੋ ਤੁਸੀਂ ਮਿਊਰਟ ਆਫ ਪੋਟਾਸ਼ 60% ਵਾਲੀ ਉਹ ਤੁਸੀਂ ਪਾ ਸਕਦੇ ਹੋ ਸਲਫੇਟ ਆਫ ਪੋਟਾਸ਼ ਜੇ ਵਰਤੋਂ ਤਾਂ ਉਹ ਵੀ ਬਹੁਤ ਵਧੀਆ ਕਿਉਂਕਿ ਉਹ ਚ ਕ੍ਰੋਾਈਡ ਦੀ ਮਾਤਰਾ ਜਿਹੜੀ ਹੈਗੀ ਆ ਉਹ ਘੱਟ ਹੁੰਦੀ ਆ ਤੇ ਪोटाश ਆ ਜਿਹੜੀ ਉਹ ਸਲਫੇਟ ਆਫ ਪोटाश ਆ ਉਹ ਬਹੁਤ ਵਧੀਆ ਐ ਐਮਓਪੀ ਨਾਲੋਂ ਵੀ ਜਿਹੜੀ ਹੈਗੀ ਆ ਆਲੂਆਂ ਦੀ ਫਸਲ ਵਾਸਤੇ ਵਧੀਆ ਤੇ ਜੇ ਆਪਾਂ ਪोटाਸ਼ ਦੀ ਮਾਤਰਾ ਵੱਧ ਵਰਤਾਂਗੇ ਤਾਂ ਮਗਰੋਂ ਆ ਕੇ ਜਿਹੜੇ ਆਲੂ ਆ ਫਟ ਸਕਦੇ ਆ ਉਹਨਾਂ ਦੀ ਕੁਆਲਿਟੀ 'ਚ ਫਰਕ ਪੈ ਸਕਦਾ ਇਸ ਕਰਕੇ ਓਵਰਡੋਜ਼ ਨਾ ਵਰਤੋ ਬਜਾਏ ਕਿ ਰੂੜੀ ਖਾਦ ਜਿਹੜੀ ਤੁਹਾਨੂੰ ਵੱਧ ਤੋਂ ਵੱਧ ਅਵੇਲੇਬਲ ਹੋ ਸਕਦੀ ਹੈ ਕਿਸਾਨ ਵੀਰੋ ਉਹ ਜ਼ਮੀਨ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਪਾਓ ਫਿਰ ਹੈ ਬਜਾਈ ਤੋਂ ਤੁਰੰਤ ਬਾਅਦ ਜੇ ਤੁਹਾਡੇ ਕੋਲ ਪ੍ਰਾਲੀ ਪ੍ਰਾਲੀ ਅਵੇਲੇਬਲ ਆ ਤਾਂ ਨਦੀਨਾਂ ਦੀ ਰੋਕਥਾਮ ਵਾਸਤੇ 25 ਕੁਇੰਟਲ ਪ੍ਰਾਲੀ ਹੈ ਜਿਹੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਉੱਪਰ ਵਿਛਾ ਦਿਓ ਬਜਾਈ ਤੋਂ ਤੁਰੰਤ ਬਾਅਦ ਇਹਨਾਂ ਨਦੀਨ ਵੀ ਘੱਟ ਹੋਣਗੇ ਤੇ ਤੱਤ ਵੀ ਜਿਹੜੇ ਫਸਲ ਨੂੰ ਮਿਲਣਗੇ ਇਹਦੇ ਕਰਕੇ ਤੁਸੀਂ ਘੱਟੋ-ਘੱਟ ਜਿਹੜੀ ਹੈਗੀ 18 ਕਿਲੋ ਨਾਈਟ੍ਰੋਜਨ ਮਤਲਬ ਕਿ ਲਗਭਗ ਪੌਣਾ ਗੱਟਾ-ਗੱਟਾ ਯੂਰੀਆ ਦਾ ਆਪਾਂ ਘੱਟ ਵਰਤ ਸਕਦੇ ਹਾਂ ਫਸਲ ਦੇ ਵਿੱਚ ਰੂੜੀ ਦੀ ਖਾਦ ਦਾ ਬਦਲ ਕੈਮੀਕਲ ਖਾਦਾਂ ਨਹੀਂ ਹੈ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਤੇ ਇਸ ਤੋਂ ਇਲਾਵਾ ਬਾਇਓਜਾਇਮ ਦੇ ਕਿਣਕੇ ਜਿਹੜਾ ਕਿ ਸੀਵੀਡ ਐਕਸਟ੍ਰੈਕਟ ਹੈ ਬਾਇਓਜਾਇਮ ਉਹ ਬਹੁਤ ਵਧੀਆ ਹੈ ਜਿਹੜਾ ਫਸਲ ਸੋਇਲ ਕੰਡੀਸ਼ਨਿੰਗ ਵਾਸਤੇ ਤੇ ਫਸਲ ਨੂੰ ਤੱਤ ਅਵੇਲੇਬਲ ਕਰਾਉਣ ਵਾਸਤੇ ਆਲੂਆਂ ਦੀ ਫਸਲ ਵਿੱਚ ਸਿਫਾਰਿਸ਼ ਹੈ ਬਾਇਓਜਾਇਮ 8 ਕਿਲੋ ਆਪਾਂ ਬਜਾਈ ਸਮੇਂ ਖਾਦਾਂ ਦੇ ਨਾਲ ਹੀ ਪਾ ਦੇਣਾ 8 ਕਿਲੋ ਮਿੱਟੀ ਚੜਾਣ ਸਮੇਂ ਆਪਾਂ ਜਿਹੜਾ ਹੈਗਾ ਉਦੋਂ ਪਾਉਣਾ ਹੈ 8 ਕਿਲੋ ਬਾਇਓਜਾਇਮ ਬਜਾਈ ਸਮੇਂ ਤੇ 8 ਕਿਲੋ ਜਿਹੜੀ ਮਿੱਟੀ ਚੜਾਉਣ ਸਮੇਂ ਉਦੋਂ ਆਪਾਂ ਪਾਉਣਾ ਹੈ ਇਹਦੇ ਨਾਲ ਜਿਹੜੀ ਫ ਜਿਹੜਾ ਵਧੀਆ ਝਾੜ ਮਿਲੂਗਾ ਤੇ ਤਤਾਂ ਦੀ ਅਵੇਲੇਬਿਲਟੀ ਪੂਰੀ ਹੋਊਗੀ ਤੇ ਸਾਈ ਜਿਹੜਾ ਹੈਗਾ ਆਲੂ ਦਾ ਬਹੁਤ ਵਧੀਆ ਆਊਗਾ। ਇਦੋਂ ਇਲਾਵਾ ਜਿਹੜੀ ਹੈਗੀ ਐ ਨਦੀਨਾਂ ਦੀ ਰੋਕਥਾਮ ਦੇ ਜਿਹੜੇ ਆਪਾਂ ਪ੍ਰਾਲੀ ਵਿਛਾਤੀ ਉਸ ਤੋਂ ਬਿਨਾਂ ਜਿਹੜੇ ਨਦੀਨਾਂ ਦੀ ਰੋਕਥਾਮ ਵਾਸਤੇ ਜਾਂ ਇਦੋਂ ਬਾਅਦ ਸਪਰੇਅ ਜਿਹੜਾ ਹੈਗਾ ਕਿਹੜਾ ਕਿਹੜੀ ਆਪਾਂ ਸਪਰੇਅ ਸਮੇਂ-ਸਮੇਂ ਤੇ ਕਰਨੀ ਹੁੰਦੀ ਤਾਂ ਕਿ ਰੋਗਾਂ ਤੋਂ ਵੀ ਬਚੀ ਰਵੇ ਫਸਲ ਤੇ ਗ੍ਰੋਥ ਵੀ ਹੋਵੇ ਜਿਹਦੇ ਵਿੱਚ ਤਤਾਂ ਵਾਲੀਆਂ ਸਪਰੇਆਂ ਇਹ ਵੀ ਮੈਂ ਤੁਹਾਨੂੰ ਵੱਖਰੀ ਵੀਡੀਓ ਦੇ ਵਿੱਚ ਦੱਸੂਗਾ ਸੋ ਮੇਨ ਤਾਂ ਹੁਣ ਆਪਣਾ ਸੀਗਾ ਕਿ ਆਲੂਆਂ ਦੀ ਬੀਜ ਤੇ ਬਜਾਈ ਸਮੇਂ ਤੱਕ ਆਪਾਂ ਜਿਹੜੇ ਹੈਗੇ ਕਿਹੜੀਆਂ-ਕਿਹੜੀਆਂ ਖਾਦਾਂ ਪਾਉਣੀਆਂ ਤੇ ਕਿਸ ਤਰ੍ਹਾਂ ਆਪਾਂ ਕਿੰਨਾ ਕੁ ਬੀਜ ਜਿਹੜਾ ਵਰਤ ਸਕਦੇ ਆ ਤੇ ਸਹੀ ਸਮਾਂ ਮੁੱਖ ਤੌਰ ਤੇ ਆਪਾਂ ਜ਼ੋਰ ਜਿਹੜਾ ਦੇਣਾ ਹੈ ਰੂੜੀ ਖਾਦ ਰੂੜੀ ਖਾਦ ਜੇ ਕਿਸਾਨ ਵੀਰੋ ਜਿੰਨੀ ਆਪਾਂ ਆਲੂਆਂ ਵਾਲੇ ਖੇਤ ਦੇ ਵਿੱਚ ਪਾ ਲਈ ਤੇ ਉਹਨਾਂ ਹੀ ਆਪਾਂ ਸਮਝ ਲਓ ਵੀ ਚਾੜ ਵਧਾ ਲਿਆ ਵਟਾਂ ਤੇ ਆਲੂ ਲਾਉਣ ਤੋਂ ਇਲਾਵਾ ਬੈੱਡਾਂ ਤੇ ਤੁਸੀਂ ਆਲੂ ਜੇ ਲਾਓ ਕਿਉਂਕਿ ਕੁਝ ਕਿਸਾਨ ਵੀ ਰਿਕਾਸ਼ਟ ਕਰਦੇ ਉਹਦੇ ਨਾਲ ਵੀ ਝਾੜ ਵਧਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ